सहज गुफा कर जाने साचा नानक साचे भावै सहज गुफा हिरदा सहज गुफा अपने घर दे विच हिरदे विच सहज रुद विच सहज ध्यान विच है सहज अवस्था घर जाने साचा सहज गुफा घर जाने साचा कहने सहजधारी सिख आ सहजधारी सिख इथे आके सहजधारी सिख बनता सहज अवस्था प्राप्त हो जाए ਕੋਨੇ ਮੋਨੇ ਨੂੰ ਸਹਿਜਧਾਰੀ ਸਿੱਖਾਂ ਦਾ ਸਰਟੀਫਿਕੇਟ ਦੇ ਦਿੱਤਾ ਟੌੜੇ ਨੇ ਪਤਾ ਜੇ ਉਹਨਾਂ ਸਿੱਖੀ ਦਾ ਕਾਨੂੰਨ ਦਾ ਟੌੜਾ ਤਾਂ ਆਪ ਹੀ ਨਹੀਂ ਸਿੱਖ ਸਿੱਖੀ ਦਾ ਕੀ ਲੈਣਾ ਸੀ ਸਹਿਜਧਾਰੀ ਹੁੰਦਾ ਕੀ ਉਹਦੇ ਬਾਰੇ ਪਤਾ ਹੋਵੇ ਸਾਰਾ ਦਾ ਹੁਣ ਪਤਾ ਹੋਵੇ ਸਹਿਜਧਾਰੀ ਹੁੰਦਾ ਕੀ ਹੈ ਆਹ ਸਹਿਜਧਾਰੀ ਸਿੱਖ ਹੈ ਜਾਗਿਆ ਹੋਇਆ ਉੱਡੇ ਰਾਮ ਸਾ ਫੜੇ ਨਾ ਕੰਧ ਦੂਆ ਜਨਮ ਹੁੰਦਾ ਹੀ ਨਹੀਂ ਜਿਹਦਾ ਉਹ ਸਹਿਜਧਾਰੀ ਹੈ ਸਹਿਜ ਸਮਾਧ ਹੈ ਸਮਾਧ ਹੈ ਇਹਦੀ ਲੱਗੀ ਹੋਈ ਸਹਿਜ ਸਮਾਧ ਉਪਾਧ ਰਹਿਤ ਦੁਬਾਰਾ ਉਪਾਧੀ ਕਰਦਾ ਹੀ ਨਹੀਂ ਮਨ ਮਨ ਚ ਭੁੱਖ ਪੈਦਾ ਹੁੰਦੀ ਸਹਿਜ ਸਮਾਧ ਉਪਾਧ ਰਹਿਤ ਫੁੱਲ ਵੱਡੇ ਭਾਗ ਲਿਵ ਲੱਗੀ ਜਿਹਦੀ ਹਮੇਸ਼ਾ ਵਾਸਤੇ ਲਿਵ ਲੱਗੀ ਹੋਈ ਹੈ ਉਹ ਸਹਿਜਧਾਰੀ ਹੈ ਇਹਨਾਂ ਨੂੰ ਕੀ ਪਤਾ ਸਹਿਜਧਾਰੀ ਕੀ ਹੁੰਦੇ ਨੇ ਆਪ ਜੋ ਭੇਰਧਾਰੀ ਨੇ ਜੇ ਉਹ ਸਹਿਜਧਾਰੀ ਨੇ ਤੁਸੀਂ ਭੇਖਧਾਰੀ ਹੋ ਫਿਰ ਤੁਸੀਂ ਕੀ ਹੋ ਅਸਲ ਚ ਭੇਖਧਾਰੀ ਹੋ ਰਹੇ ਕਾਹਦੇ ਵਾਸਤੇ ਭੇਖਧਾਰੀ ਨਿਰਪਕੰਨੇ ਆ ਕੇ ਕਾਰਨ ਹੈ ਇੱਕ ਪਿਆ ਭੇਖਧਾਰੀ ਪਿਆ ਭੇਖਧਾਰੀ ਅਗਲੇ ਕੰਮ ਨਹੀਂ ਕੀਤਾ ਜੋ ਅਗਲਾ ਕੰਮ ਕਰਨ ਕੇ ਪੈਸ ਵਾਰੀ ਜਾਊਗੀ ਨਿਰਪਕੰਨੇ ਆ ਕੇ ਕਾਰਨ ਇੱਕ ਪਿਆ ਭੇਖਧਾਰੀ ਨਿਰਪਕੰਨਿਆ ਕੌਣ ਨਿਰਪਕੌਣ ਹੁੰਦਾ ਰਾਜਾ ਰਾਜੇ ਕੋਲ ਕੀ ਹੁੰਦੀ ਇੱਕ ਬੁੱਧ ਵਿਸ਼ਨੂੰ ਦੀ ਮੱਤ ਮਾਇਆ ਮਾਇਆ ਧਾਰੀ ਭੇਖਧਾਰੀ ਕਿਉਂ ਬਣਿਆ ਮਾਇਆ ਵਾਸਤੇ ਬਣਿਆ ਉਹ ਦੂਆ ਜਨਮ ਜੇ ਮਾਇਆ ਦੀ ਭੁੱਖਾ ਤਾਂ ਹੀ ਉਹਦੇ ਨੂੰ ਹੰਸਾ ਪੜੇ ਨਾ ਕੰਧ ਜੇ ਮਾਇਆ ਦੀ ਭੁੱਖਾ ਤਾਂ ਹੀ ਦੂਆ ਜਨਮ ਲਊ ਉਹ ਨਿਰਪਕੰਨਿਆ ਹੀ ਹੈ ਮਾਇਆ ਰਾਜੇ ਦਾ ਕਬਜ਼ਾ ਮਾਇਆ ਤੇ ਰਾਜੇ ਦੀ ਜਿਹੜੀ ਮੱਤ ਹੈ ਨਿਰਪਕੰਨੇ ਇਹਨਾਂ ਕੋਲ ਵੀ ਰਾਜ ਕਰੇਗਾ ਖਾਲਸੇ ਵਾਲੀ ਮੱਤ ਉਹੀ ਹੈ ਨਿਰਪਕੰਨੇ ਨਿਰਪਟਾਰੀ ਵੀ ਕਹਿੰਦੇ ਨਿਰਪਕੰਨਿਆ ਵੀ ਕਹਿੰਦੇ ਉਹ ਨਿਰਪਟਾਰੀ ਨਿਰਪਕੰਨਿਆ ਨੇ ਨਿਰਪਟਾਰੀ ਬਣਨਾ ਕਿਸੇ ਰਾਜੇ ਦੀ ਲੜਕੀ ਹੁੰਦੀ ਹੈ ਦੂਏ ਰਾਜੇ ਦੀ ਘਰ ਵਾਲੀ ਹੋ ਜਾਂਦੀ ਹੈ ਚਾਹੇ ਨਿਰਪਕੰਨਿਆ ਕਹਿ ਲੋ ਚਾਹੇ ਸੀਤਾ ਨਿਰਪਕੰਨਿਆ ਵੀ ਹੈ ਨਿਰਪ ਦੀ ਰਾਣੀ ਵੀ ਹੈ ਰਾਜੇ ਦੀ ਰਾਣੀ ਵੀ ਹੈ ਰਾਜੇ ਦੀ ਲੜਕੀ ਵੀ ਹੈ ਦੋਵੇਂ ਨਿਰਪਕੰਨਿਆ ਨਹੀਂ ਕਹਿ ਸਕਦੇ ਨਿਰਪਕੰਨਿਆ ਇੱਕ ਰਾਜੇ ਦਾ ਬਥੇਰੇ ਨੂੰ ਕਿਸੇ ਰਾਜੇ ਦੀ ਕੰਨਿਆ ਕਿਸੇ ਰਾਜੇ ਦੀ ਘਰ ਵਾਲੀ ਹੈ ਇੱਕ ਭਿਆ ਭੇਖਧਾਰੀ ਕਾਮਾਰਥੀ ਸਵਾਰਥੀ ਇਹ ਕੌਣ ਨੇ ਕਾਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ ਪੈਜ ਸਵਾਰੀ ਜਾ ਸਕਦੀ ਹੈ ਪਰ ਜੇ ਚਾਹੁੰਦੇ ਹੁਣ ਤਾਂ ਇਹ ਚਾਹੁੰਦੇ ਹੀ ਨਹੀਂ ਇਹਨਾਂ ਨੇ ਕੀ ਲੈਣਾ ਪੈਜ ਸਵਾਰ ਕੇ